ਸੋ ਮੈਨੂੰ ਸਾਂਝੀ ਸਿੱਖਿਆ ਬਾਰੇ ਮੇਰੇ ਦੋਸਤ ਤੋਂ ਹੀ ਪਤਾ ਲੱਗਿਆ ਸੀਗਾ ਕਿ ਇਹ ਪੰਜਾਬ ਦੀ ਜਿਹੜੀ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਕਾਫੀ ਵਧੀਆ ਕੰਮ ਕਰ ਰਿਹਾ, ਖਾਸ ਕਰਕੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲ ਹੈ ਕਿ ਉਹਨਾਂ ਵਿੱਚ ਜਿਹੜਾ ਸਿੱਖਿਆ ਦਾ ਪੱਧਰ ਆ ਉਹ ਕਿਵੇਂ ਉੱਚਾ ਚੁੱਕਿਆ ਜਾ ਸਕਦਾ। ਸੋ ਅਕਸਰ ਇਹੀ ਦੇਖਣ ਜਾਂਦਾ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਬਾਹਰ ਹੀ ਜਾਣਾ ਚਾਹੁੰਦੇ ਨੇ ਅਤੇ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ, ਬਟ ਇਹ ਜਿਹੜੀ ਸਾਂਝੀ ਸਿੱਖਿਆ ਆ ਇਹਦੇ ਵਿੱਚ 50 ਨੌਜਵਾਨ ਨੇ ਜਿਹੜੇ ਸਿਰਫ ਅਤੇ ਸਿਰਫ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਲਈ ਕੰਮ ਕਰ ਰਹੇ ਆ। ਅਤੇ ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਆ ਕਿ ਜਿਸ ਪੰਜਾਬ ਦੇ ਨੌਜਵਾਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਸਿਰਫ ਬਾਹਰ ਜਾਣ ਦਾ ਹੀ ਸ਼ੌਂਕ ਆ, ਪਰ ਅਸਲ ਵਿੱਚ ਇਹ ਹੈ ਕਿ ਹੈਗੇ ਨੇ ਕੁਛ ਲੋਕ ਜੋ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਨੇ ਅਤੇ ਕਰ ਵੀ ਰਹੇ ਨੇ। ਅਤੇ ਮੈਨੂੰ ਵਧੀਆ ਲੱਗ ਰਿਹਾ ਇਹ ਦੇਖ ਕੇ ਕਿ ਉਹ ਬਹੁਤ ਇਸ ਚੀਜ਼ ਪ੍ਰਤੀ ਸੀਰੀਅਸ ਨੇ ਕਿ ਅਸੀਂ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਉੱਪਰ ਚੁੱਕੀਏ, ਤਾਂ ਕਿ ਜਿਹੜੇ ਲੋਕਾਂ ਦੇ ਮਨਾਂ ਵਿੱਚ ਆ ਕਿ ਪ੍ਰਾਈਵੇਟ ਸਕੂਲ ਸੀ ਵਧੀਆ ਮਤਲਬ ਸਟੱਡੀ ਕਰਵਾਉਂਦੇ ਨੇ, ਅਗਰ ਤੁਸੀਂ ਚਾਹੋ ਅਗਰ ਤੁਸੀਂ ਚੇਂਜ ਲਿਆਉਣਾ ਚਾਹੋ ਤਾਂ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਵੀ ਨੇ ਉਹ ਵੀ ਕਿਸੇ ਨਾਲ ਉਹ ਘੱਟ ਨਹੀਂ ਆ। ਅਤੇ ਤੁਹਾਨੂੰ ਇਹ ਜਿਹੜੀ ਔਰਗਨਾਈਜੇਸ਼ਨ ਆ ਸਾਂਝੀ ਸਿੱਖਿਆ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਆ, ਇਹਨਾਂ ਦੇ ਕੰਮ ਨੂੰ ਦੇਖਣਾ ਚਾਹੀਦਾ ਆ। ਅਤੇ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਮਤਲਬ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਅੱਗੇ ਆਓ।